हेलो एवरीवन, वेलकम टू सिमरन बुटीक कट एंड सो विद भिंदर। अज आपां सूट कटना है लाइनिंग वाला है, तो यह सिंपल सूट होगा। तो इहदी आह जिहड़ी इह लाइनिंग है, तो लाइनिंग का पीस आपां करदे हैं कि इहदा घेरा हैगा आ 21 इंच, ते 21.5 एक्चुअली पाइपिंग लगनी है, तो मैं इहदी 26 इंच की कटाई कर देनी। फिर पाइपिंग लाउण दे विच कोई प्रॉब्लम नहीं आती है, तो आपां घेरा थोड़ा जिहा एक्स्ट्रा रख लेंगे। इनू आप 26 इंच की कटाई करके, तो जोड़ा करीब का कपड़ा फैब्रिक हैगा यही मैं पीस बना लिया। तो इन्हों मैं प्रेस करके सैट करके, तो फिर मैं थानू कट्ट का आइडिया दूँगी कि किमें कट्टना। जो सारा कुछ आप करा वीडियो के ज़्यादा टाइम लंबा लगेगा। तो पूरे सूट की आप कटाई करनी अज लाइनिंग के नाल, मतलब सलवार भी कटिंग करनी है, तो जो शर्ट है वह भी कटिंग करनी है। ये इस तरह मैं कर दी हुई जो एक तो मेन थिंग है कि मैं सारी पीस कट्ठे इको बारी शर्ट कटनी, बैक फ्रंट दोनों चीज़ा सारी हैं। तो दूसरी गल जी होंगी जोड़ा फ्रंट वाला पार्ट होंगे आ, उन्हों मैं 1 इंच लंबा रख दी हूँ, क्योंकि जी फ्रंट की प्लेट पैने मक्खी तो निकल रही है, तो वह भी आप फिर बराबर तो हो जाता, फिर उच्चा नीवा नहीं हों क। जो प्रेस करते हैं इस तरीके दे नाल कानों निकल जाती है, वह भी कट के तो फिर ही पीस बनाने चाहिए। हूँ मैं तुम्हें पीस ये बना ही देना है, तो हूँ जिदा आ जो फ्रंट पार्ट है ये तो बराबर है, ये कोई कानून नहीं है। इधरली साइड से जोड़ा आप बैक बनाना ये उपर एंड ते जाके ये प्रेस करते गए हैं सीधा करके, तकरीबन ये 1.25 इंच 1.5 इंच के क्लोज ही जानी है जी ये हो गई हैगी कानून। तो इधरों आप बराबर कर लें, आ जो बद कढ देंगे इधरों 1/4 इंच। तो हूँ आप जो इनू सीधा इतों कट देना, तो आप जोड़ा ये बैक पार्ट बन जाऊगा शर्ट का, उपरला बैक है तो थले वाला आ। हूँ इन्ना बड़ा यदा फ्रंट लंबा रख लिया, तो हूँ आप पीस बना देने। ये तो आप बैक लिख देना बी वाले, तो ये तो आप एफ पा देंगे विचले पासों कपड़ा जुड़िया रहेगा थोड़ा जहा जिता इको च कंची गई दूसरे च गई नहीं, कई बार हो जाता जिता ये कोई एडा गल नहीं हैगी। ये आप फ्रंट लिख दिता हूँ, आ अपनी बैक फ्रंट की जी फैब्रिक जो करीब का है वह है। तो यह भी यदा फ्रंट जोड़ा आप उपर रख देना इस तरीके दे।
ਇਹਨੂੰ ਆਪਾਂ ਇੱਥੇ ਪਿੰਨਾਂ ਲਾ ਦੇਣੀਆਂ ਨੇ ਇੱਦਾਂ ਅਤੇ ਇਹਦੇ ਉੱਪਰ ਆਪਾਂ ਹਾਫ ਬੈਕ ਦਾ ਪਾਰਟ ਹੈ ਜਿਹੜਾ ਉਹ ਰੱਖ ਲੈਣਾ ਹੁਣ ਲਾਈਨਿੰਗ ਵੀ ਮੈਂ ਬਰਾਬਰ ਦੀ ਰੱਖ ਦਿੰਦੀ ਹਾਂ ਛੋਟੀ ਨਹੀਂ ਕਦੇ ਰੱਖੀ ਜਦੋਂ ਲਾਈਨਿੰਗ ਨਾ ਫੱਟੇ ਤੱਕ ਆਉਣੀ ਚਾਹੀਦੀ ਫੱਟੇ ਦੇ ਜਿੱਥੋਂ ਆਪਾਂ ਮੋੜਦੇ ਹਾਂ ਬੋਟਮ ਦਾ ਫੱਟਾ ਜਿਹੜੀ ਫੋਲਡਿੰਗ ਹੁੰਦੀ ਹੈ ਅਤੇ ਉਹਦੇ ਬਰਾਬਰ ਆਉਂਦੀ ਹੈਗੀ ਇਹ ਫਿਰ ਜੀ ਤੀਰਾ ਇਹਦਾ 13.5 ਇੰਚ ਦਾ ਜਾਣੀ ਆਪਾਂ ਕੱਟਣ 13.5 ਅਤੇ ਆਪਾਂ ਹੱਥ ਮਾਰਕ ਹਾਫ 'ਤੇ ਲਾਈਦਾ ਆਲਵੇਜ਼ ਅਤੇ ਇਹ ਅਤੇ ਜਿਹੜਾ ਮੋਢਾ ਆ ਆਪਾਂ 8 'ਤੇ ਮਾਰਕ ਲਾ ਲੈਣਾ ਅਤੇ ਗਲਾ ਜਿਹੜਾ ਆ ਇਹ ਆਪਾਂ 2.75 'ਤੇ ਮਾਰਕ ਲਗਾ ਕੇ ਅਤੇ ਬੈਕ ਇਹਦੀ ਹੈਗੀ ਆ 6.5 ਹੈ ਇੱਧਰੋਂ ਮਾਰਕ ਲਗਾ ਦਿੱਤਾ ਆਪਾਂ ਪੈਟਰਨ ਬਣਾਏ ਸੀ ਇਹਦੀ ਮੈਂ ਵੀਡੀਓ 40 ਨੰਬਰ 'ਤੇ ਪਾਈ ਆ ਤੁਸੀਂ ਦੇਖਣੀ ਹੋਵੇ ਤਾਂ ਦੇਖ ਸਕਦੇ ਹਾਂ ਅਤੇ ਇਹਦੇ ਆਪਾਂ ਬੈਕ 'ਤੇ ਜਿੱਪਰ ਲੱਗਣੀ ਆ ਅਤੇ ਜਿੱਪਰ ਦਾ ਜਿਹੜਾ ਆਹ ਪਾਰਟ ਆ ਇਹ ਜਿੱਪਰ ਲਈ ਰੱਖਿਆ ਜਿੱਦਾਂ ਸੀਨ ਦੇ ਵਿੱਚ ਆਪਾਂ ਦੇਣਾ ਤਾਂ ਅਤੇ ਇਹਨੇ ਬੜਾ ਬਰਾਬਰ ਆ ਜਾਣਾ ਬਾਅਦ 'ਚੋਂ ਫਿਰ ਇਹ ਪੈਟਰਨ ਦੇ ਨਾਲ ਇੱਕੋ ਜਿਹਾ ਕੱਟਿਆ ਜਾਂਦਾ ਵਧੀਆ ਚੀਜ਼ ਬਣ ਜਾਂਦੀ ਆ ਆਪਾਂ ਨੂੰ ਇਹ ਗਲੇ ਦਾ ਮਤਲਬ ਮੋਢੇ ਦਾ ਪੈਟਰਨ ਆ ਅਤੇ ਇਹਦੇ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਇਹਨੂੰ ਮਾਰਕ ਕਰ ਦੇਣਾ ਅਤੇ ਫਿਰ ਇੱਥੋਂ ਥੋੜ੍ਹਾ ਜਿਹਾ ਜਿੱਦਾਂ 1/4 ਇੰਚ ਦਾ ਇੰਨਾ ਕੁ ਕਰੀਦਾ ਆ ਡਿਪੈਂਡ ਕਰਦਾ ਹੁੰਦਾ ਕਈਆਂ ਦੇ ਮੋਢੇ ਨੀਵੇਂ ਆ ਅਤੇ ਕਈਆਂ ਦੇ ਬਰਾਬਰ ਹੁੰਦੇ ਆ ਕਈਆਂ ਦੇ ਮਤਲਬ ਉੱਚੇ ਹੁੰਦੇ ਕਈਆਂ ਦੇ ਕਾਟ ਪੈਂਦੀ ਨਹੀਂ ਗੀ ਉਹ ਤੁਸੀਂ ਜਦੋਂ ਮੇਚਾ ਲੈਂਦੇ ਹੋ ਤੁਹਾਨੂੰ ਉਦੋਂ ਪਤਾ ਹੁੰਦਾ ਵੀ ਆ ਇੰਨਾ ਕੁ ਹੈਗਾ ਇਹਦਾ ਅਤੇ ਪਲੇਟ ਇਹਨਾਂ ਦੇ 10.5 'ਤੇ ਪੈਂਦੇ ਆ ਅਤੇ ਆਪਾਂ ਮਾਰਕ 11 ਦੇ ਉੱਪਰ ਲਾ ਦੇਣਾ ਅਤੇ ਇੱਧਰ ਵਿੱਚ ਜਿਹੜਾ ਛੱਡਣਾ ਇੱਥੇ ਆਪਾਂ 4.25 ਛੱਡਣਾ 3.5 ਰਹਿ ਜਾਣਾ ਜਦੋਂ ਚਿੱਪ ਦੇ ਵਿੱਚ 1/4 ਇੰਚ ਆ ਜਾਣਾ ਅਤੇ ਪਲੇਟ ਦੀ ਲੰਬਾਈ ਇਹਦੀ ਆਪਾਂ 7.5 ਹੀ ਰੱਖਾਂਗੇ ਕੱਦ ਛੋਟਾ ਆ ਅਤੇ ਇਹਨੂੰ ਵੀ ਇੱਥੋਂ 4.25 'ਤੇ ਮਾਰਕ ਕਰਨਾ ਆ ਇਹਦਾ ਮਾਰਕ ਜਿਹੜਾ ਹੈਗਾ ਆ ਬ੍ਰੈਸਟ ਇਹਨਾਂ ਦੀ 20 ਇੰਚ ਦੀ ਹੈ 40 ਆ ਮਤਲਬ 20 ਅਤੇ ਅੱਧ ਆਪਾਂ ਅੰਦਾਜ਼ ਕਰਾਂਗੇ ਇਹਦਾ ਹਾਂਜੀ 10 ਕਰਾਂਗੇ ਅਤੇ ਇਹਨਾਂ ਦੀ ਜਿਹੜੀ ਵੇਸਟ ਹੈਗੀ ਆ 16.5 ਆ 16.5 ਤੋਂ ਆਪਾਂ 17 ਦਾ ਮਾਰਕ ਲਾਉਣਾ ਅਤੇ 1 ਇੰਚ ਜਿਹੜਾ ਆ ਉਹ ਪਲੇਟਾਂ ਦੇ ਲਈ ਲਾਉਣਾ 18.5 'ਤੇ ਲੱਗੂਗਾ ਅਤੇ ਜਿਹੜੀ ਸਾਈਡ ਦੀ ਸਟਿੱਚ ਹੈਗੀ ਆ ਇਹਨਾਂ ਦੀ 13 ਇੰਚ ਦੀ ਆ ਅਤੇ ਆਪਾਂ 13.5 'ਤੇ ਲਗਾਵਾਂਗੇ ਮਾਰਕ ਕਿ 1/2 ਇੰਚ ਜਿਹੜਾ ਆਪਣਾ ਮੋਢਿਆਂ ਦੀ ਸਿਲਾਈ 'ਚ ਆ ਜਾਣਾ ਅਤੇ ਇਹਨਾਂ ਦੇ ਹੈਗੀ ਆ 21.5 ਦੇ ਆਪਾਂ ਇਹਨੂੰ 11.5 'ਤੇ ਮਾਰਕ ਲੱਗੂਗਾ ਅਤੇ ਫਿਰ 21.5 'ਤੇ ਹੋ ਜਾਣਾ ਇਹਨੇ ਅਤੇ ਫਿਰ ਇਸ ਫੱਟੀ ਦੇ ਨਾਲ ਆਪਾਂ ਇਹਨੂੰ ਮਾਰਕ ਕਰ ਦੇਣਾ ਮਤਲਬ ਇੱਦਾਂ ਇੱਥੋਂ ਵੀ ਥੋੜ੍ਹਾ ਜਿਹਾ ਬਰਾਬਰ 'ਤੇ ਕੱਟ ਦੇਣਾ ਚਾਹੀਦਾ ਜਿੰਨਾ ਕੁ ਆਪਾਂ ਨੂੰ ਚਾਹੀਦਾ ਉੰਨਾ ਕੁ ਰੱਖ ਲਵਾਂਗੇ ਇੱਥੇ ਮਾਰਕ ਲਗਾ ਦੇਣਾ ਅਤੇ ਹੁਣ ਆਪਾਂ ਉੱਪਰੋਂ ਗਲਾ ਕੱਟ ਦੇਣਾ ਬੈਕ ਦਾ ਇੱਦਾਂ
ऐसे तरीके दे नाल तुसी एन मार्क कर दिया इत्थे ते इधर आ इत्थे ਇੱਦਾਂ ਮਾਰਕ ਲਗਾਉਣੇ ਜਿਹੜੇ ਸੌਖੇ ਆ ਜੇ ਆਪਾਂ ਫਿੰਗਰ ਰੱਖ ਕੇ ਪਤਾ ਹੁੰਦਾ ਵੀ ਇੱਥੇ ਫਿੰਗਰ ਅਤੇ ਉੱਧਰ ਮਾਰਕ ਹੈਗਾ ਆ ਸੌਖੇ ਵੀ ਆ ਅਤੇ ਛੇਤੀ ਵੀ ਲੱਗ ਜਾਂਦੇ ਹੈਗੇ ਆ ਸਾਢੇ ਗਿਆਰਾਂ ਅਤੇ ਉਹਨਾਂ ਦਾ ਹੈਗਾ ਆ ਫਰੰਟ ਅਤੇ ਆਪਾਂ ਸਾਢੇ ਬਾਰਾਂ ਦੀ ਕਟਾਈ ਕਰਕੇ ਆਹ ਜਿਹੜੀ ਕਟਾਈ ਇੱਥੇ ਹੋ ਜਾਣੀ ਹੈ ਤਾਂ ਅਤੇ ਪਲੇਟਾਂ ਦੇ ਮਾਰਕ ਗਿਆਰਾਂ 'ਤੇ ਹੀ ਲੱਗਣੇ ਨੇ ਇੱਧਰੋਂ ਸਾਢੇ ਤਿੰਨ 'ਤੇ ਆਪਾਂ ਲਗਾ ਦੇਣੇ ਆ ਅਤੇ ਲੰਬਾਈ ਜਿਹੜੀ ਆ ਪਲੇਟ ਦੀ ਉਹ ਸਾਢੇ ਸੱਤ ਦੀ ਹੋਣੀ ਆ ਅਤੇ ਫਰੰਟ ਦਾ ਗਲਾ ਇਹਨਾਂ ਦਾ 6 ਇੰਚ ਦਾ ਹੈਗਾ ਆ ਅਤੇ ਆਪਾਂ 6.25 ਦੀ ਕਟਾਈ ਕਰਨੀ ਆ ਅਤੇ ਉਹੀ 2.75 ਦਾ ਆਪਾਂ ਗਲਾ ਕੱਟ ਕੇ ਅਤੇ ਇਹਦੇ ਨਾਲ ਆਪਾਂ ਮਾਰਕ ਲਗਾ ਦੇਣਾ ਇੱਥੇ ਆਹ ਪਲੇਟਾਂ ਦਾ ਆਹ ਜਿਹੜਾ ਨਿਸ਼ਾਨ ਹੁੰਦਾ ਆ ਇਹਨੂੰ 2 ਇੰਚ ਇਹ ਪਲੇਟ ਅਤੇ ਇਹ ਪਲੇਟ ਦਾ ਮਾਰਕ ਜਿਹੜਾ 2 ਇੰਚ ਦੀ ਵਿੱਥ ਹੋਣੀ ਚਾਹੀਦੀ ਆ ਅਤੇ ਇਹ ਵੀ ਪਲੇਟ ਇਸੇ ਤਰੀਕੇ ਦੇ ਨਾਲ ਹੀ ਥੋੜ੍ਹਾ ਜਿਹਾ ਟੇਢਾ ਰੱਖ ਕੇ ਪਾ ਦੇਣਾ ਇੱਥੋਂ ਇਹਦਾ ਕੋਈ ਇਹਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਕਿ 5 ਇੰਚ ਰੱਖਣਾ 4 ਰੱਖਣਾ ਇਹ ਡਿਪੈਂਡ ਕਰਦਾ ਤੁਹਾਡੇ ਪਲੇਟ ਕਿੰਨੇ ਡੀਪ ਪੈਂਦੇ ਆ ਅਤੇ ਉਸ ਪਲੇਟ ਦੇ ਹਿਸਾਬ ਦੇ ਨਾਲ ਪਲੇਟਾਂ ਦੀ ਡੀਪੈਸਟ ਦੇ ਹਿਸਾਬ ਦੇ ਨਾਲ ਇਹ ਪਲੇਟ ਪੈਣਾ ਹੁੰਦਾ ਹਾਂਜੀ ਹੁਣ ਆਪਾਂ ਬਾਹਾਂ ਕੱਟਣੀਆਂ ਨੇ ਅਤੇ ਪ੍ਰੈਸ ਕਰਕੇ ਸੈੱਟ ਕਰਕੇ ਰੱਖ ਲਈਆਂ ਨੇ ਅਤੇ ਬਾਹਾਂ ਦੀ ਲੰਬਾਈ ਹੈਗੀ 18 ਇੰਚ ਦੀ ਅਤੇ ਇਹਦੇ ਪਾਈਪਿੰਗ ਲੱਗਣੀ ਹੈ ਅਤੇ ਮੈਂ 20 ਇੰਚ ਦੀ ਕਟਾਈ ਕੀਤੀ ਹੈ ਇਹਦੇ ਵਿੱਚ ਅਤੇ ਜਦੋਂ ਆਪਾਂ ਬਾਹਾਂ ਕੱਟਦੇ ਹਾਂ ਤਾਂ ਇਹਨੂੰ ਪਹਿਲਾਂ ਤਾਂ ਇੱਧਰੋਂ ਵੀ ਸਿੱਧਾ ਕਰ ਲੈਣਾ ਚਾਹੀਦਾ ਉਹ ਆਪਾਂ ਕਰ ਲੈਂਦੇ ਹਾਂ ਇੱਧਰੋਂ 20 'ਤੇ ਮਾਰਕ ਕਰ ਲਿਆ ਅਤੇ ਇਸ ਸਾਈਡ ਤੋਂ ਵੀ ਆਪਾਂ 20 'ਤੇ ਹੀ ਮਾਰਕ ਕਰ ਲੈਣਾ ਅਤੇ 3.5 ਇੰਚ ਦੀ ਕਟਾਈ ਪਾਈ ਦੀ ਆਪਾਂ ਇੱਥੋਂ ਡੀਪ ਕਰਕੇ ਅਤੇ ਜਦੋਂ ਕਟਾਈ ਪਾਉਣੀ ਆ ਤਾਂ ਇਹਨੂੰ ਥੋੜ੍ਹਾ ਜਿਹਾ 1.5 ਇੰਚ ਦਾ ਲੰਬਾਈ 'ਚ ਸਿੱਧਾ ਰੱਖ ਕੇ ਅਤੇ ਇਹ ਆਪਣਾ ਹੱਥ ਇਸ ਤਰੀਕੇ ਦੇ ਨਾਲ ਕਰਕੇ ਨਾ ਤੁਸੀਂ ਆਹ ਇੱਥੇ ਮੈਚ ਕਰ ਦੇਣਾ ਜਾ ਕੇ ਜੇ ਹੁਣ ਇਹ ਦੇਖੀਏ ਆਪਾਂ 3.5 ਇੰਚ ਇੱਥੋਂ ਆ ਅਤੇ ਆਹ ਵੀ ਆਪਾਂ ਲਾਈਨ ਲਗਾ ਕੇ ਵੀ ਹਿਸਾਬ ਲੈ ਸਕਦੇ ਹਾਂ ਕਿ ਸਾਡੀ ਕਟਾਈ ਕਿੰਨੀ ਕੁ ਪਈ ਆ ਅਤੇ ਮੈਂ ਵੈਸੇ ਲਾਈਨ ਘੱਟ ਹੀ ਲਾਉਣੀ ਨਹੀਂ ਮੈਂ ਲਗਾਈ ਨਹੀਂ ਕਦੇ ਕਿਉਂਕਿ ਆਪਾਂ ਨੂੰ ਪਤਾ ਹੀ ਜਦੋਂ ਆਪਾਂ ਇੱਥੋਂ ਸ਼ੁਰੂ ਕੀਤਾ ਤਾਂ ਇੱਧਰ ਇਹਨੇ ਸਹੀ ਤਰੀਕੇ ਦੇ ਨਾਲ ਹੀ ਜਾਣਾ ਅਤੇ ਜਿਹੜਾ ਫਰੰਟ ਆ ਇਹ 5 ਇੰਚ ਦੀ ਇਹਦੀ ਅਰਾਊਂਡ ਹੈਗਾ ਆ 10 ਇੰਚ ਦਾ ਅਤੇ 5 ਅੱਧਾ ਆ ਜਾਂਦਾ ਆ ਅਤੇ ਆਪਾਂ 2 ਇੰਚ ਜਿਹੜਾ ਉਹ ਵਿੱਚ ਰੱਖ ਕੇ ਅਤੇ ਇਹਨੂੰ ਆਪਾਂ ਇੱਥੋਂ ਮੈਚ ਕਰ ਦੇਣਾ ਇਸ ਤਰੀਕੇ ਦੇ ਨਾਲ ਇਹ ਪਲੇਨ ਕੱਪੜਾ ਆ ਇਹਦੀ ਪੁੱਠ ਸਿੱਧ ਕੋਈ ਨਹੀਂ ਹੈਗੀ ਅਤੇ ਇਸ ਕਰਕੇ ਆਪਾਂ ਇਹਦੇ ਫਰੰਟ 'ਤੇ ਜਿਹੜਾ ਆ ਉਹ ਲਾਉਣਾ ਨਹੀਂ ਗਾ ਕਟਾਈ ਜਿਹੜੀ ਆਪਾਂ ਪਾਈ ਦੀ ਉਹ ਨਹੀਂ ਪਾਉਣੀ ਅਤੇ ਦੂਸਰੀ ਗੱਲ ਆਪਾਂ ਜਦੋਂ ਪਾਈਪਿੰਗ ਵਗੈਰਾ ਲਾਉਣੀ ਆ ਅਤੇ ਇੰਨੇ ਵੱਧ ਘੱਟ ਹੋਣਾ ਹੈ ਮੈਂ ਐਕਸਟਰਾ ਰੱਖਿਆ ਕੱਪੜਾ ਵਿੱਚ ਅਤੇ ਇਹਨੂੰ ਬਾਅਦ ਦੇ ਵਿੱਚੋਂ ਸਿੱਧਾ ਕਰਕੇ ਪਾਈਪਿੰਗ ਲਾ ਕੇ ਪ੍ਰੈਸ ਕਰਕੇ ਅਤੇ ਫਿਰ ਇਹਦੇ ਕਟਾਈ ਉਦੋਂ ਪਾਵਾਂਗੇ ਆਪਾਂ ਜੀ
ਜੇ ਸਲਵਾਰ ਦੇ ਮੈਂ ਪੌਂਚੇ ਕੱਟ ਲਏ ਨੇ ਅਤੇ ਜਦੋਂ ਮੈਂ ਲਾਈਨਿੰਗ ਕੱਟਦੀ ਹਾਂ ਤਾਂ ਮੈਂ ਲਾਈਨਿੰਗ ਇੰਚ ਪੌਣਾ ਇੰਚ ਲੰਬੀ ਰੱਖਦੀ ਹਾਂ ਆਹਮ ਸਲਵਾਰ ਦੇ ਕੱਪੜੇ ਦੇ ਨਾਲ ਉਹਦੇ ਨਾਲ ਨਾ ਸਲਵਾਰ ਵੱਖਰੀਆਂ ਵੱਖਰੀਆਂ ਮੈਂ ਦੋਨੇ ਸਲਵਾਰਾਂ ਸਿਲਾਈ ਕਰਕੇ ਅਤੇ ਜੋੜ ਦੇ ਦੀਆਂ ਨੇ ਇੱਕ ਦੂਸਰੇ ਨੂੰ ਆਪੋਜਿਟ ਕਰਕੇ ਫਿਰ ਜਿੱਦਾਂ ਕਈ ਵਾਰੀ ਸਲਵਾਰ 'ਤੇ ਪਹੁੰਚਿਆ ਅਤੇ ਵਲ ਜਿਹਾ ਪੈਂਦੇ ਹੁੰਦੇ ਉਹ ਨਹੀਂ ਪੈਂਦੇ ਫਿਰ ਜੇ ਆਪਾਂ ਲਾਈਨਿੰਗ ਲੰਬੀ ਰੱਖਦੇ ਹਾਂ ਤਾਂ ਇਸ ਕਰਕੇ ਮੈਂ ਲਾਈਨਿੰਗ ਲੰਬੀ ਰੱਖਦੀ ਹੁੰਦੀ ਹਾਂ ਆਲਵੇਸ ਹੁਣ ਆਪਾਂ ਸਲਵਾਰ ਦੇ ਕੁੰਡੇ ਕੱਟ ਲਏ ਪ੍ਰੈਸ ਮੈਂ ਕਰ ਲਿਆ ਸੀ ਇਹਨੂੰ ਪਹਿਲਾਂ ਅਤੇ ਆਹ ਲਾਈਨਿੰਗ ਵੀ ਇਹਦੇ ਉੱਪਰ ਮੈਂ ਤਾਂ ਕਰ ਦੇਣੀ ਹਾਂ ਅਤੇ ਇਕੱਠੇ ਹੀ ਆਪਾਂ ਕੁੰਡੇ ਕੱਟ ਦੇਣੇ ਦੋਨਾਂ ਦੇ ਲਾਈਨਿੰਗ ਦੀ ਵੀ ਅਤੇ ਸਲਵਾਰ ਮਤਲਬ ਜਿਹੜਾ ਆਪਣਾ ਫੈਬਰਿਕ ਹੈਗਾ ਸਲਵਾਰ ਦਾ ਹੁੰਦਾ ਪੀਸ ਕੁੰਡੇ ਜਿਹੜੇ ਜਿਹੜੇ ਪਹੁੰਚੇ ਸੀ ਸਲਵਾਰ ਦੇ ਉਹ 35 ਇੰਚ ਦੀ ਕਟਾਈ ਕੀਤੀ ਆ ਅਤੇ ਇਹ ਆਪਾਂ 36 ਇੰਚ ਦੀ ਕਟਾਈ ਕਰਨੀ ਆ ਅਤੇ ਪਹੁੰਚੇ ਜਿਹੜੇ ਆਪਾਂ 10 ਇੰਚ ਦੇ 11 ਇੰਚ ਦੇ ਕੱਟੇ ਨੇ ਅਤੇ 5 ਇੰਚ ਦਾ ਪਹੁੰਚਾ ਰਹਿ ਜਾਣਾ ਮੂਹਰੇ ਅਤੇ ਆਪਾਂ 6 ਇੰਚ ਦੇ ਪਹੁੰਚੇ ਬਣਾਉਣੇ ਆ 5 ਤੋਂ 5.5 ਰਹਿ ਜਾਣਾ ਨਾ 11 ਦਾ 5.5 ਹੋ ਜਾਂਦਾ ਹਾਫ ਅਤੇ ਜਦੋਂ ਸਿਲਾਈ ਲਗਾਉਣੀ ਉਹ 5 ਰਹਿ ਜਾਣਾ ਅਤੇ ਆਪਾਂ ਪਹੁੰਚੇ ਬਣਾਉਣੇ ਆ 6 ਅਤੇ ਆਪਾਂ 7 ਦੀ ਕਟਾਈ ਕਰਨੀ ਆ ਅਤੇ 2 ਇੰਚ ਦਾ ਜਿਹੜਾ ਆਹ ਵਿੱਚੋਂ ਕੁੰਦਾ ਕੱਢਣਾ ਉਹ ਕੱਢ ਦੇਣਾ ਅਤੇ ਉਹ ਸੇਮ ਥਿੰਗ ਹੈ ਇੱਧਰਲੀ ਸਾਈਡ ਤੋਂ ਵੀ ਆਪਾਂ 36 ਇੰਚ ਕਰਕੇ ਅਤੇ 2 ਇੰਚ ਦੇ ਆਪਾਂ ਇਹਦੇ ਵਿੱਚ ਕੁੰਦੇ ਪਾ ਦੇਣੇ ਨੇ ਤਾਂ ਇਹਨੂੰ ਆਪਾਂ ਮੈਚ ਕਰ ਦੇਣਾ ਇਸ ਤਰੀਕੇ ਦੇ ਨਾਲ ਕੱਪੜੇ ਦਾ ਬਰ ਥੋੜ੍ਹਾ ਜਿਹਾ ਜ਼ਿਆਦਾ ਹੈ ਲਾਈਨਿੰਗ ਦਾ ਘੱਟ ਆ ਅਤੇ ਇਹਨੂੰ ਆਪਾਂ ਇੱਥੋਂ ਆਹ ਜਿਹੜੀ ਹੈ ਵਾਧੂ ਇਹ ਕੱਟ ਦੇਣਾ ਸਾਈਡ ਤੋਂ ਅਤੇ ਪਹਿਲਾਂ ਆਪਾਂ ਕੁੰਦੇ ਆਹ ਹੀ ਕੱਟ ਲੈਣੇ ਹੈਗੇ ਆ ਇਸ ਤਰੀਕੇ ਦੇ ਨਾਲ ਇਕੱਠੀ ਸਲਵਾਰ ਕੱਟ ਦਿੰਦੀ ਹਾਂ ਕੱਟਣ ਦੇ ਨਾਲ ਇੱਕ ਤਾਂ ਟਾਈਮ ਸੇਵ ਹੋ ਜਾਂਦਾ ਦੂਸਰਾ ਪੀਸ ਜਿਹੜੇ ਆ ਉਹ ਇੱਕੋ ਜਿਹੇ ਬਣਦੇ ਨੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਜਦੋਂ ਆਪਾਂ ਉੱਪਰ ਰੱਖਦੇ ਹਾਂ ਇੱਕ ਦੂਸਰੇ ਦੇ ਅਤੇ ਉਹਦੇ ਵਿੱਚ ਫਿਰ ਆਪਾਂ ਨੂੰ ਥੋੜ੍ਹਾ ਜਿਹਾ ਕਈ ਵਾਰੀ ਵਾਧਾ ਘਾਟਾ ਜਿਹਾ ਲੱਗਦਾ ਹੁੰਦਾ ਜਿਹੜਾ ਆਸਣ ਵਾਲੀ ਸੀਨ ਦਾ ਇੱਧਰੋਂ ਆਪਾਂ ਇਹਦਾ ਇੱਥੋਂ ਇੱਦਾਂ ਲਾ ਦੇਣਾ ਇਹਨੂੰ ਅਤੇ ਦੂਸਰੇ ਲੰਬੇ ਪਾਸੇ ਦਾ ਵੀ ਲਾ ਦੇਣਾ ਅਤੇ ਆਪਣੀ ਸਲਵਾਰ ਕੱਟ ਕੇ ਰੈਡੀ ਹੋ ਗਈ ਹੁਣ ਲਾਈਨਿੰਗ ਆਪਾਂ 1 ਇੰਚ ਐਕਸਟਰਾ ਕੱਟੀ ਸੀਗੀ ਅਤੇ ਸਲਵਾਰ ਦੇ ਕੁੰਦੇ ਵੀ 1 ਇੰਚ ਐਕਸਟਰਾ ਕੱਟੇ ਸੀ ਆਪਾਂ ਅਤੇ ਹੁਣ ਆਪਣੇ ਜਿਹੜੇ ਪਹੁੰਚੇ ਸੀਗੇ ਸਲਵਾਰ ਦੇ ਉਹ 35 ਇੰਚ ਦੇ ਸੀਗੇ ਅਤੇ ਉਹਦੇ ਬਰਾਬਰ ਦੇ ਹੀ ਆਪਾਂ ਜਿਹੜੇ ਫਰੰਟ ਦੇ ਆਹ ਕੁੰਦੇ ਨੇ ਨਾ ਸਲਵਾਰ ਦੇ ਉਹ ਕੱਟਣੇ ਨੇ ਇੱਧਰੋਂ ਬਰਾਬਰ ਕਰਕੇ ਇਹ ਜਿਹੜਾ ਵਾਧਾ ਘਾਟਾ ਹੋਊਗਾ ਮਾੜਾ ਮੋਟਾ ਇੱਧਰ ਕੱਢ ਕੇ ਆਪਾਂ ਅਤੇ ਇਹਨੂੰ 35 ਇੰਚ ਦੇ ਇੱਥੇ ਆਪਾਂ ਜਿਹੜੀ ਕਟਾਈ ਪਾਉਣੀ ਆ ਬਰਾਬਰ ਇਹਦੇ ਪਹੁੰਚਿਆਂ ਦੇ ਕਰਨ ਲਈ ਆਪਾਂ ਇਹਨੂੰ ਇੱਥੋਂ ਇਸ ਤਰੀਕੇ ਦੇ ਨਾਲ ਸਲਵਾਰ ਨੂੰ ਨਾ ਆਹ ਕਰ ਦੇਣਾ ਇੱਦਾਂ ਅਤੇ ਇਹਦੇ ਵਿੱਚ ਫਿਰ ਜਦੋਂ ਸਲਵਾਰ ਆਪਣੀ ਬਰਾਬਰ 'ਤੇ ਰਹੂਗੀ ਅਤੇ ਇਹ ਕਈ ਵਾਰੀ ਪਿੱਛੋਂ ਸਲਵਾਰ ਚੱਕ ਹੋਣ ਲੱਗ ਪੈਂਦੀ ਅਤੇ ਉਹ ਸਲਵਾਰ ਚੱਕ ਨਹੀਂ ਹੁੰਦੀ ਹੈਗੀ ਇਹ ਜਦੋਂ ਆਪਾਂ ਇਹ ਕਟਾਈ ਪਾ ਦਿੰਦੇ ਮੋਹਰੋਂ ਬਰਾਬਰ ਸਲਵਾਰ ਮੋਹਰ ਨੂੰ ਨਹੀਂ ਡਿੱਗਦੀ
ਬਰਾਬਰ ਕੱਟੀ ਜਾਂਦੀ ਹੈ ਅਤੇ ਜਿਹੜੀ ਬੈਕ ਤੋਂ ਹੁੰਦੀ ਆ ਉਹ ਫਿਰ ਪਿੱਛੋਂ ਚੱਕ ਨਹੀਂ ਹੁੰਦੀ। ਜੇ ਛੋਟੀ ਸਲਵਾਰ ਆਪਾਂ ਬਣਾਉਂਦੇ ਹਾਂ ਨੈਰੋ ਸਲਵਾਰ ਦੇ ਵਿੱਚ ਜ਼ਿਆਦਾ ਪ੍ਰੋਬਲਮ ਆਉਂਦੀ ਆ ਅਤੇ ਹਰੀ ਪਹਿਵੀ ਸਲਵਾਰ ਦੇ ਵਿੱਚ ਵੀ ਆ ਜਾਂਦੀ ਹੈ ਤਾਂ ਆਲਵੇਜ਼ ਇੱਦਾਂ ਹੀ ਕਰਨਾ ਚਾਹੀਦਾ। ਪੌਂਚੇ ਜਿਹੜੇ ਆ ਇਹ 1 ਇੰਚ ਘੱਟ ਕੱਟਣੇ ਚਾਹੀਦੇ ਆ ਕੁੰਦਿਆਂ ਦੇ ਨਾਲ। ਸਲਵਾਰ ਦੀ ਐਕਚੁਅਲ ਲੈਂਥ ਜਿਹੜੀ ਉਹਦੇ ਹਿਸਾਬ ਨਾਲ ਪੌਂਚੇ ਕੱਟਣੇ ਚਾਹੀਦੇ ਆ ਅਤੇ ਪੌਂਚਿਆਂ ਦੇ ਨਾਲੋਂ ਲੰਬੀ ਕੱਟਣੇ ਚਾਹੀਦੇ ਨੇ ਕੁੰਦੇ।